ਇਸ ਚੈਨਲ ਤੇ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਜਿਹੜੀ ਕਹਾਣੀ ਤੁਹਾਡੇ ਰੂਬਰੂ ਕਰ ਰਹੇ ਹਾਂ ਉਹ ਹੈ ਸਤਰੰਗੀ ਤਿਤਲੀ ਅਤੇ ਕਿਸਾਨ ਤੇ ਜਿਹੜੀ ਕਹਾਣੀ ਹੈ ਦਰਸ਼ਨ ਸਿੰਘ ਆਸ਼ਟ ਜੀ ਦੁਆਰਾ ਲਿਖੀ ਗਈ ਹੈ ਤੇ ਬਹੁਤ ਹੀ ਵਧੀਆ ਕਹਾਣੀ ਹੈ ਇੱਕ ਤਿਤਲੀ ਸੀ ਸਤਰੰਗਾਂ ਵਾਲੀ ਉਹ ਕਈ ਦਿਨਾਂ ਤੋਂ ਉਦਾਸ ਸੀ ਉਹ ਜਿਸ ਖੇਤ ਵਿੱਚ ਰਹਿੰਦੀ ਸੀ ਉਸ ਦਾ ਮਾਲਕ ਕਿਸਾਨ ਕਈ ਦਿਨਾਂ ਤੋਂ ਖੇਤ ਵਿੱਚ ਗੇੜਾ ਮਾਰਨ ਨਹੀਂ ਸੀ ਆਇਆ। ਇਹੀ ਉਸ ਦੀ ਉਦਾਸੀ ਦਾ ਕਾਰਨ ਸੀ। ਕਿਸਾਨ ਨੂੰ ਆਪਣੇ ਖੇਤ ਦੇ ਜੀਵ ਜੰਤੂਆਂ ਨਾਲ ਬਹੁਤ ਪਿਆਰ ਸੀ। ਜਦੋਂ ਉਹ ਖੇਤ ਵਿੱਚ ਆਉਂਦਾ ਸਾਰੇ ਪੰਛੀ ਚਹਿਚਹਾਉਣ ਲੱਗਦੇ। तितਲੀ ਵੀ ਇਹਨਾਂ ਵਿੱਚੋਂ ਇੱਕ ਸੀ। तितਲੀ ਕਿਸਾਨ ਦੇ ਅੱਗੇ ਪਿੱਛੇ ਮੜਰੌਂਦੀ ਹੋਈ ਗੱਲਾਂ ਕਰਦੀ। ਨਾਚ ਕਰਦੀ ਕਿਸਾਨ ਖੁਸ਼ ਹੁੰਦਾ ਰਹਦਾ ਇੱਕ ਦਿਨ तितਲੀ ਕਿਸੇ ਬੂਟੇ ਦੀ ਟਹਿਣੀ ਤੇ ਬੈਠੀ ਦੂਰ ਪਿੰਡ ਵੱਲੋਂ ਖੇਤ ਨੂੰ ਆਉਂਦੇ ਰਾਹ ਵੱਲ ਤੱਕ ਰਹੀ ਸੀ ਇੰਨੇ ਨੂੰ ਇੱਕ ਕਾਂ ਵੀ ਉਹਦੇ ਨੇੜੇ ਰੁੱਖ ਦੀ ਟਹਿਣੀ ਤੇ ਆ ਬੈਠਿਆ तितਲੀ ਨੇ ਉਸ ਕਾਂ ਨੂੰ ਪਹਿਲੀ ਵਾਰੀ ਤੱਕਿਆ ਸੀ ਉਹ ਕਿਧਰੋਂ ਦੂਰੋਂ ਉੱਡ ਕੇ ਆਇਆ ਲੱਗਦਾ ਸੀ तितਲੀ ਨੇ ਉਸ ਨੂੰ ਪੁੱਛਿਆ ਵੀਰਾ ਮੇਰਾ ਕਿਸਾਨ ਤਾਂ ਨਹੀਂ ਵੇਖਿਆ ਕਿਧਰੇ ਕਈ ਦਿਨਾਂ ਤੋਂ ਖੇਤ ਨਹੀਂ ਆਇਆ ਕਾਨੇ ਕਿਹਾ ਤੇਰਾ ਕਿਸਾਨ ਤੈਨੂੰ ਕੁਝ ਨਹੀਂ ਪਤਾ ਅੱਜਕੱਲ੍ਹ ਕਿਸਾਨਾਂ ਬਾਰੇ तितਲੀ ਇੱਕਦਮ ਹੈਰਾਨ ਹੋ ਕੇ ਪੁੱਛਣ ਲੱਗੀ ਨਵੇਂ ਵੀਰਾ ਮੈਨੂੰ ਤਾਂ ਕੁਝ ਨਹੀਂ ਪਤਾ ਕਿਉਂ ਕਾਂ ਬੋਲਿਆ ਥੋੜਾ ਬਹੁਤ ਬਾਹਰ ਵੀ ਨਿਕਲਿਆ ਕਰ ਤੈਨੂੰ ਪਤਾ ਲੱਗੇ ਕਿ ਦੁਨੀਆਂ ਵਿੱਚ ਕੀ ਹੋ ਰਿਹਾ ਏ ਚੱਲ ਛੱਡ ਧਿਆਨ ਨਾਲ ਸੁਣ ਤਿਤਲੀ ਸਾਰੋਕ ਕੇ ਕਾਂ ਵੱਲ ਤੱਕਣ ਲੱਗ ਪਈ ਕਾਂ ਆਪਣੀ ਚੁੰਝ ਟੈਣੀ ਨਾਲ ਸਾਫ਼ ਕਰਦਾ ਹੋਇਆ ਬੋਲਿਆ ਅੱਜ ਕੱਲ੍ਹ ਕਿਸਾਨ ਬਹੁਤ ਵੱਡੀ ਗਿਣਤੀ ਵਿੱਚ ਬਾਰਡਰ ਤੇ ਇਕੱਠੇ ਹੋਏ ਪਏ ਨੇ ਬਾਰਡਰ ਇਹ ਕੀ ਬਲਾ ਹੋਈ ਤਿਤਲੀ ਸਵਾਲ ਤੇ ਸਵਾਲ ਕਰ ਰਹੀ ਸੀ ਕਾਂ ਕਹਿਣ ਲੱਗਾ ਜਿਹੜੀ ਸੀਮਾ ਜਾਂ ਹੱਦ ਹੁੰਦੀ ਹੈ ਨਾ ਮਨੁੱਖ ਉਹਨੂੰ ਬਾਰਡਰ ਵੀ ਕਹਿ ਦਿੰਦਾ ਜਿੱਥੇ ਬਾਰਡਰ ਹੁੰਦਾ ਉਸ ਨੂੰ ਬਿਨਾਂ ਆਗਿਆ ਕੋਈ ਪਾਰ ਨਹੀਂ ਕਰ ਸਕਦਾ ਮਤਲਬ ਅੱਗੇ ਨਹੀਂ ਜਾ ਸਕਦਾ ਉੱਥੇ ਸੁਰੱਖਿਆ ਵਾਲੇ ਬੰਦੇ ਨੇ ਪਰ ਸਾਨੂੰ ਤਾਂ ਬਾਰਡਰ ਬਾਰਡਰ ਕੁਝ ਨਹੀਂ ਕਹਿੰਦੇ ਅਸੀਂ ਤਾਂ ਜਿੱਧਰ ਮਰਜ਼ੀ ਉੱਡ ਕੇ ਜਾ ਸਕਦੇ ਹਾਂ ਪਰ ਛੱਡ ਚੱਲ ਦੱਸ ਅੱਗੇ ਕੀ ਹੋਇਆ ਵੀਰੇ ਤਿਤਲੀ ਛੇਤੀ ਛੇਤੀ ਆਪਣੇ ਕਿਸਾਨ ਬਾਰੇ ਜਾਣਨ ਲਈ ਉਤਸੁਕ ਸੀ ਕਾਹ ਕਹਿਣ ਲੱਗਾ ਕਿਸਾਨਾਂ ਨਾਲ ੱੱਕਾ ਹੋ ਰਿਹਾ ਏ ਕਿਸਾਨ ਇਸ ਮੁਲਕ ਦੇ ਵੱਡੇ ਰਾਜੇ ਨੂੰ ਮਿਲਣਾ ਚਾਹੁੰਦੇ ਨੇ ਜਿਸ ਨੇ ਉਹਨਾਂ ਖਿਲਾਫ ਕਾਨੂੰਨ ਬਣਾ ਦਿੱਤੇ ਨੇ ਲੋਕ ਇਹ ਕਹਿ ਰਹੇ ਨੇ ਕਿ ਰਾਜੇ ਵੱਲੋਂ ਬਣਾਈ ਕਾਨੂੰਨ ਉਹਨਾਂ ਦੇ ਹੱਕ ਵਿੱਚ ਨਹੀਂ ਹਨ ਤੇ ਇਹਨਾਂ ਨੂੰ ਵਾਪਸ ਲਿਆ ਜਾਵੇ ਉਹ ਰਾਜੇ ਨੂੰ ਕਿਉਂ ਨਹੀਂ ਮਿਲ ਸਕਦੇ ਤਿਤਲੀ ਨੇ ਪੁੱਛਿਆ ਕਾਹ ਬੋਲਿਆ ਦੱਸਿਆ ਤਾਂ ਹੈ ਉੱਥੇ ਸਿਪਾਹੀਆਂ ਨੇ ਉਹਨਾਂ ਨੂੰ ਬਾਰਡਰ ਤੇ ਡੱਕਿਆ ਹੋਇਆ ਹੈ ਜੇ ਉਹ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਉੱਪਰ ਪਾਣੀ ਦੇ ਬੁਛਾੜਾਂ ਛੁੱਟੀਆਂ ਜਾ ਰਹੀਆਂ ਨੇ ਅੱਖਾਂ ਵਿੱਚੋਂ ਹੰਝੂ ਲਿਆਉਣ ਵਾਲੇ ਬੰਬ ਛੁੱਟੇ ਜਾ ਰਹੇ ਨੇ ਉਹਨਾਂ ਤੇ ਲਾਠੀਆਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਟਰੈਕਟਰ ਟਰਾਲੀਆਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਸੜਕਾਂ ਤੇ ਵੱਡੇ ਵੱਡੇ ਕਿੱਲ ਗੱਡੇ ਜਾ ਰਹੇ ਨੇ ਹਾਈ ਮੈਂ ਮਰ ਜਾ ਤਿਤਲੀ ਦਾ ਸਾਹ ਸੁੱਕ ਗਿਆ ਫਿਰ ਮੇਰਾ ਕਿਸਾਨ ਵੀ ਜ਼ਰੂਰ ਉੱਥੇ ਹੋਏਗਾ ਮੈਂ ਉੱਥੇ ਜਾਵਾਂਗੀ ਉਸ ਦੀ ਇਹ ਗੱਲ ਸੁਣ ਕੇ ਉਹ ਹੱਸ ਪਿਆ ਤੇ ਬੋਲਿਆ "ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰ ਵਾ ਪਤਾ ਹੈ ਬਾਰਡਰ ਕਿੰਨੀ ਦੂਰ ਹੈ ਤੈਨੂੰ ਉੱਥੇ ਜਾਣ ਲਈ 5 ਦਿਨ ਤੇ 5 ਰਾਤਾਂ ਲੱਗਣੀਆਂ ਨੇ ਰਾਹ 'ਚ ਹੀ ਮਰ ਜਾਏਂਗੀ ਮੈਨੂੰ ਮਰਨਾ ਮਨਜ਼ੂਰ ਏ ਪਰ ਮੈਂ ਆਪਣੇ ਕਿਸਾਨ ਕੋਲ ਜ਼ਰੂਰ ਜਾਵਾਂਗੀ" ਤਿਤਲੀ ਨੇ ਪੱਕੀ ਧਾਰ ਲਈ ਖੇਤ ਦੇ ਬਾਕੀ ਪੰਛੀਆਂ ਨੇ ਉਹਨੂੰ ਸਮਝਾਇਆ ਪਰ ਉਹ ਟਸ ਤੋਂ ਮਸ ਨਾ ਹੋਈ ਉਹ ਰਾਹ ਵਿੱਚ ਪੰਛੀਆਂ ਨੂੰ ਪੁੱਛਦੀ ਪੁੱਛਦੀ ਬਾਰਡਰ ਵੱਲ ਜਾਰਹੀ ਸੀ ਥੱਕ ਜਾਂਦੀ ਤਾਂ ਸੁਸਤਾ ਲੈਂਦੀ ਰਾਤ ਪੈਂਦੀ ਤਸਵੀਰ ਸਾਰ ਫਿਰ ਉਡਾਨ ਪਰ ਲੈਂਦੀ ਇੱਕ ਥਾਂ ਉਸਨੇ ਇਕੱਠ ਵੇਖਿਆ ਹੈ ਇੰਨੇ ਲੋਕਾਂ ਦਾ ਇਕੱਠ ਵਿਚਕਾਰ ਅੱਗ ਦਾ ਲੰਬੂ ਵੀ ਲੱਗਾ ਹੋਇਆ ਏ ਜਾਪਦਾ ਏ ਕੋਈ ਵੱਡਾ ਬੰਦਾ ਮਰ ਗਿਆ ਏ तितਲੀ ਨੇ ਸੋਚਿਆ ਉਸਨੇ ਇੱਕ ਤੋਤੇ ਨੂੰ ਪੁੱਛਿਆ ਤਾਂ ਉਹ ਬੋਲਿਆ ਇਹ ਸੱਚਮੁੱਚ ਕੋਈ ਆਦਮੀ ਨਹੀਂ ਮਰਿਆ ਇਹ ਤਾਂ ਲੋਕ ਰਾਜੇ ਦਾ ਪੁਤਲਾ ਸਾੜ ਰਹੇ ਨੇ ਜਿਹੜਾ ਉਹਨਾਂ ਦੀ ਮੰਗ ਨਹੀਂ ਮੰਨ ਰਿਹਾ ਇਹ ਉਸੇ ਦਾ ਹੀ ਪਿੱਟ ਸਿਆਪਾਏ ਫਿਰ ਤਾਂ ਠੀਕ ਏ ਕਹਿ ਕੇ तितਲੀ ਰਵਾਨਾ ਹੋ ਗਈ तितਲੀ ਫਿਰ ਉੱਡਣ ਲੱਗ ਪਈ 5 ਦਿਨ ਤੇ 5 ਰਾਤਾਂ ਬਾਅਦ ਥਕਾਵਟ ਦੀ ਭੰਨੀ ਹੋਈ ਉਹ ਬਾਰਡਰ ਦੇ ਨੇੜੇ ਜਾ ਪੁੱਜੀ ਉਸਨੇ ਦੂਰੋਂ ਵੜਾਈ ਇਕੱਠ ਵੇਖਿਆ ਤਾਂ ਉਹਦੇ ਮੂੰਹੋਂ ਨਿਕਲਿਆ ਹੈ ਐਨੇ ਕਿਸਾਨ तितਲੀ ਕਿਸਾਨਾਂ ਦੇ ਇਕੱਠ ਉੱਪਰ ਮੰਡਰਾਉਂਦੀ ਹੋਈ ਆਪਣੇ ਕਿਸਾਨ ਨੂੰ ਲੱਭਣ ਲੱਗੀ ਆਖਿਰ ਉਸਨੇ ਇੱਕ ਥਾਂ ਆਪਣੇ ਕਿਸਾਨ ਨੂੰ ਪਛਾਣ ਲਿਆ ਉਹ ਇੱਕ ਥਾਂ ਬੈਠਾ ਹੋਇਆ ਸੀ ਸਤਰੰਗੀ ਤਿਤਲੀ ਕਿਸਾਨ ਦੀਆਂ ਅੱਖਾਂ ਅੱਗੇ ਮੰਡਰਾਉਣ ਲੱਗੀ ਕਿਸਾਨ ਨੂੰ ਯਕੀਨ ਨਾ ਆਇਆ ਉਸ ਦੀਆਂ ਅੱਖਾਂ ੱਡੀਆਂ ਰਹਿ ਗਈਆਂ ਹੈ ਸਤਰੰਗੀ ਧੀਏ ਤੂੰ ਇੱਥੇ ਕਿਵੇਂ ਆਈ ਏ ਇੰਨੀ ਦੂਰੋਂ ਤਿਤਲੀ ਬੋਲੀ ਮੇਰੇ ਮਾਲਕ ਤੇਰੇ ਬਿਨਾ ਖੇਤ ਦੀ ਰੌਣਕ ਉਜੜ ਰਹੀ ਏ ਮੈਂ ਤੈਨੂੰ ਲੈਣ ਆਈ ਹਾਂ ਮੈਂ ਤੇਰੇ ਬਿਨਾ ਵਾਪਸ ਨਹੀਂ ਜਾਵਾਂਗੀ ਉਸ ਦਾ ਪਿਆਰ ਵੇਖ ਕੇ ਕਿਸਾਨ ਦੀਆਂ ਅੱਖਾਂ ਪਰ ਆਈਆਂ ਬੋਲਿਆ ਮੇਰੀ ਨੰਨੀ ਤਿਤਲੀਏ ਤੂੰ ਆਪਣੇ ਖੇਤ ਵਾਪਸ ਚਲੇ ਜਾ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਹੁਣ ਖਾਲੀ ਹੱਥ ਨਹੀਂ ਆਵਾਂਗਾ ਤਿਤਲੀ ਬੋਲੀ ਮੇਰੇ ਮਾਲਕ ਮੈਂ ਵੀ ਹੁਣ ਇੱਥੋਂ ਨਹੀਂ ਜਾਵਾਂਗੀ ਇਹ ਮੇਰਾ ਅਟੱਲ ਫੈਸਲਾ ਏ ਚਾਂਚਕ ਤਿਤਲੀ ਨੇ ਵੇਖਿਆ ਦੂਰੋਂ ਕੁਝ ਪੰਛੀ ਉੱਡ ਆ ਰਹੇ ਸਨ ਉਸ ਨੇ ਉਹ ਪੰਛੀ ਪਛਾਣ ਲਈ ਇਹ ਕਿਸਾਨ ਦੇ ਖੇਤ ਵਾਲੇ ਪੰਛੀ ਸਨ ਕਿਸਾਨ ਨੂੰ ਜਾਪਿਆ ਜਿਵੇਂ ਉਸ ਵਿੱਚ ਦੁੱਗਣੀ ਤਾਕਤ ਆ ਗਈ ਹੋਵੇ ਉਹ ਇਕਦਮ ਖੜਾ ਹੋ ਗਿਆ ਝੰਡਾ ਹੱਥ ਵਿੱਚ ਚੁੱਕ ਕੇ ਉੱਚਾ ਬੋਲਿਆ तितਲੀ ਝੰਡੇ ਵਿੱਚ ਲੱਗੀ ਛੋਟੀ ਦੇ ਸਿਰੇ ਤੇ ਜਾ ਬੈਠੀ ਤਦ ਤੱਕ ਸਾਰੇ ਪੰਛੀਆਂ ਨੂੰ ਵੀ ਸਭ ਕੁਝ ਪਤਾ ਲੱਗ ਚੁੱਕਾ ਸੀ ਚਾਂਚਕ ਤੇ तितਲੀ ਦੀ ਆਵਾਜ਼ ਕੰਨਾਂ ਵਿੱਚ ਪਈ ਜਿੱਤੇ ਬਿਨਾ ਨਹੀਂ ਜਾਵਾਂਗੇ ਬਾਕੀ ਪੰਛੀਆਂ ਦੀ ਆਵਾਜ਼ ਆਈ ਅਸੀਂ ਤੁਹਾਡੇ ਨਾਲ ਹਾਂ ਕਿਸਾਨ ਦੇ ਚਿਹਰੇ ਉੱਪਰ ਮੁਸਕਾਨ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿੱਥੋਂ ਅਸੀਂ ਕੁਝ ਵੀ ਖਾ ਰਹੇ ਹਾਂ ਕੋਈ ਅੰਨ ਪਾਣੀ ਹੈ ਜਾਂ ਉਹਦੀ ਕੋਈ ਚੀਜ਼ ਵਰਤ ਰਹੇ ਹਾਂ ਤਾਂ ਸਾਨੂੰ ਉਹਦੇ ਨਾਲ ਜਿਹੜੀ ਵਫਾਦਾਰੀ ਹੈ ਤੇ ਪਿਆਰ ਹੈ ਉਹ ਜ਼ਰੂਰ ਨਿਭਾਉਣਾ ਚਾਹੀਦਾ ਹੈ ਧੰਨਵਾਦ ਜੀ